ਤੇ ਅੱਜ ਅਸੀਂ ਸਾਰੇ ਨੌਜਵਾਨ ਸਾਥੀ ਮੇਰੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਮੈਂ ਆਪਣੀ ਜੇਬ ਖਰਚ ਵਿੱਚੋਂ 20,000 ਰੁਪਇਆ ਜੋੜ ਕੇ ਸੜਕ ਦੇ ਉੱਤੇ ਗੱਟਕਾ ਪਾਉਣ ਲਈ ਅੱਜ ਅਸੀਂ ਅੱਗੇ ਆਏ ਹਾਂ। ਜਿੱਥੇ ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਪੰਜਾਬ ਵਿੱਚ ਸੜਕਾਂ ਦੀ ਨੁਹਾਰ ਬਦਲ ਦਿੱਤੀ ਗਈ ਹੈ, ਪਰ ਜੇਕਰ ਜ਼ਮੀਨੀ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਇਹ ਸਾਰੇ ਦਾਅਵੇ ਖੋਖਲੇ ਹੀ ਨਜ਼ਰ ਆ ਰਹੇ ਨੇ। ਅਤੇ ਇਸ ਦੀ ਪੋਲ ਖੁੱਲ੍ਹੀ ਹੈ ਗੜਸ਼ੰਕਰ ਨਵਾਂ ਸ਼ਹਿਰ ਰੋਡ 'ਤੇ। ਇਹ ਸੜਕ ਪੰਜਾਬ ਦੇ 2 ਜ਼ਿਲ੍ਹਿਆਂ ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਨੂੰ ਹਿਮਾਚਲ ਦੇ ਨਾਲ ਜੋੜਦੀ ਹੈ, ਪਰ ਇਸ ਦੀ ਹਾਲਤ ਇੰਨੀ ਜ਼ਿਆਦਾ ਖਸਤਾ ਹੋ ਚੁੱਕੀ ਹੈ ਕਿ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਸੜਕ ਨੂੰ ਬਣਾਉਣ ਦੇ ਲਈ ਲੋਕ ਤਾਂ ਕਈ ਵਾਰ ਰਾਹਗੀਰਾਂ ਤੋਂ ਭੀਖ ਵੀ ਮੰਗ ਚੁੱਕੇ ਨੇ ਅਤੇ ਕਈ ਧਰਨੇ ਵੀ ਇੱਥੇ ਲੱਗ ਚੁੱਕੇ ਨੇ, ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕਦੀ। ਇਸ ਤੋਂ ਬਾਅਦ ਹੁਣ ਸ਼ਹਿਰ ਵਾਸੀਆਂ ਅਤੇ ਨੌਜਵਾਨਾਂ ਵੱਲੋਂ ਆਪਣੇ ਕੋਲੋਂ ਪੈਸੇ ਖਰਚ ਕੇ ਇਸ ਸੜਕ ਦੀ ਮੁਰੰਮਤ ਕਰਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਜਿੱਥੇ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਸੜਕਾਂ ਦੀ ਨੁਹਾਰ ਬਦਲ ਦਿੱਤੀ ਗਈ ਹੈ, ਪਰ ਅਗਰ ਅਸੀਂ ਗੱਲ ਗੜਸ਼ੰਕਰ ਦੀ ਕੀਤੀ ਜਾਵੇ ਤਾਂ ਇੱਥੇ ਗੜਸ਼ੰਕਰ ਅਤੇ ਨਵਾਂ ਸ਼ਹਿਰ ਨੂੰ ਜਾਣ ਵਾਲੀ ਮੁੱਖ ਸੜਕ ਜੋ ਕਿ 2 ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਾਲ ਹਿਮਾਚਲ ਨੂੰ ਵੀ ਜੋੜਦੀ ਹੈ, ਪਰ ਇਸ ਸੜਕ ਦੀ ਮਾੜੀ ਹਾਲਤ ਹੋਣ ਕਰਕੇ ਜਿੱਥੇ ਕਿ ਲੋਕਾਂ ਨੂੰ ਰਾਹਗੀਰਾਂ ਨੂੰ ਪਰੇਸ਼ਾਨੀ ਆ ਰਹੀ ਹੈ, ਉੱਥੇ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੁਛ ਸ਼ਹਿਰ ਵਾਸੀਆਂ ਵੱਲੋਂ ਪਿਛਲੇ 1 ਮਹੀਨੇ ਪਹਿਲੇ ਇੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਭੀਖ ਮੰਗੀ ਗਈ ਸੀ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਭੋਲੇਵਾਲ ਰਾਠਾ ਵੀ ਆਪਣੇ ਪਾਰਟੀ ਵਰਕਰਾਂ ਦੇ ਨਾਲ ਲੈ ਕੇ ਇੱਥੇ ਸੜਕ 'ਤੇ ਪਹੁੰਚ ਗਏ ਅਤੇ ਨਾਅਰੇਬਾਜ਼ੀ ਕੀਤੀ ਗਈ, ਜਿੱਥੇ ਕਿ ਉਹਨਾਂ ਨੇ ਪੰਜਾਬ ਸਰਕਾਰ ਦੀ ਨੀਤੀਆਂ ਦੇ ਪ੍ਰਤੀ ਜਾਣੂ ਕਰਵਾਇਆ। ਉੱਥੇ ਹੀ ਜਦੋਂ ਇਸ ਸੰਬੰਧ ਦੇ ਵਿੱਚ ਇਸ ਸੜਕ ਦੇ ਬਾਰੇ ਅਸੀਂ ਲਵ ਕੁਮਾਰ ਗੋਲਡੀ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਸੜਕ ਨੂੰ ਬਣਾਉਣ ਦੇ ਲਈ ਦਾਅਵੇ ਕੀਤੇ ਗਏ ਅਤੇ ਕਿਹਾ ਗਿਆ ਕਿ ਇਸ ਸੜਕ ਦੀ ਨੁਹਾਰ ਜਲਦੀ ਬਣਾਈ ਜਾਵੇਗੀ ਅਤੇ ਇਸ ਸੜਕ ਨੂੰ ਜਲਦੀ ਰਿਪੇਅਰ ਕੀਤਾ ਜਾਵੇਗਾ, ਪਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਅਜੇ ਵੀ ਇਹ ਸੜਕ ਦਾ ਮੰਦਾ ਹਾਲ ਹੈ, ਲੋਕ ਪਰੇਸ਼ਾਨ ਹੈ, ਹਾਦਸੇ ਹੋ ਰਹੇ ਹੈ, ਪਰ ਸਰਕਾਰ ਵੱਲੋਂ ਸਾਰ ਨਹੀਂ ਲਈ ਜਾ ਰਹੀ ਹੈ। ਹਾਲਾਂਕਿ ਇਸ ਸੰਬੰਧ ਦੇ ਵਿੱਚ ਅਸੀਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜੋ ਕਿ ਸਾਂਸਦ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀਗੀ, ਉਹਨਾਂ ਨੇ ਵੀ ਇਹੀ ਸਾਨੂੰ ਆਸ਼ਵਾਸਨ ਦਵਾਇਆ ਸੀ ਕਿ ਇਸ ਸੜਕ ਦੀ ਸਾਰ ਲਈ ਜਾਊਗੀ ਅਤੇ ਇਸ ਸੜਕ ਨੂੰ ਰਿਪੇਅਰ ਕੀਤਾ ਜਾਵੇਗਾ, ਪਰ ਅਜੇ ਵੀ ਰਿਪੇਅਰ ਨਾ ਹੋਣ ਕਰਕੇ ਅੱਜ ਸ਼ਹਿਰ ਵਾਸੀ ਇੱਕ ਵਾਰ ਫਿਰ ਇਸ ਸੜਕ 'ਤੇ ਖੜ੍ਹੇ ਹੈ, ਜਿੱਥੇ ਕਿ ਇਹਨਾਂ ਵੱਲੋਂ ਆਪਣੇ ਉਪਰਾਲੇ ਨਾਲ ਹੀ ਲੋਕਾਂ ਵੱਲੋਂ ਜਿਹੜਾ ਸਹਿਯੋਗ ਦੇ ਨਾਲ ਸੜਕ ਨੂੰ ਬਣਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਉੱਥੇ ਅਸੀਂ ਸਾਡੇ ਨਾਲ ਸ਼ਹਿਰ ਵਾਸੀ ਖੜ੍ਹੇ ਹਾਂ, ਉਹਨਾਂ ਨਾਲ ਗੱਲਬਾਤ ਕਰਦੇ ਨੇ ਕਿ ਕੀ ਕਹੋਗੇ ਇਸ ਸੜਕ ਦੇ ਬਾਰੇ। ਸਰ, ਤੁਸੀਂ ਅੱਜ ਇਕੱਠੇ ਹੋ, ਇਹਦਾ ਕੀ ਕਾਰਨ ਹੈ ਜੀ? ਕਾਫੀ ਲੰਬੇ ਸਮੇਂ ਤੋਂ ਇਹ ਸੜਕ ਦੀ ਜੋ ਕਿ ਖਸਤਾ ਹਾਲਤ ਹੈ, ਆ ਪੁੱਲ ਆ ਜੀ, ਇੱਕ ਬਹੁਤ ਹੀ ਮੰਦੀ ਹਾਲਤ ਵਿੱਚ ਹੈ, ਕਦੇ ਵੀ ਟੁੱਟ ਸਕਦਾ, ਜਿਹਦੇ ਨਾਲ ਕਿਸੇ ਦੀ ਵੀ ਜਾਨ ਨਹੀਂ ਮਾਲੀ ਨੁਕਸਾਨ ਹੋ ਸਕਦਾ। ਜਿਵੇਂ ਕਿ ਹੁਣੇ ਭਾਅ ਜੀ ਹੁਣੀ ਦੱਸਿਆ, ਕੁਛ ਦਿਨ ਪਹਿਲਾਂ ਇੱਕ ਲੇਡੀ ਦੇ ਹੱਥੋਂ ਦਾ ਬੱਚਾ ਸਲਿੱਪ ਕਰ ਗਿਆ ਇਸ ਟੋਏ ਦੇ ਵਿੱਚ ਟੱਪਾ ਖਾ ਕੇ, ਅਤੇ ਅੱਜ ਅਸੀਂ ਸਾਰੇ ਨੌਜਵਾਨ ਸਾਥੀ ਮੇਰੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਮੈਂ ਆਪਣੀ ਜੇਬ ਖਰਚ ਵਿੱਚੋਂ 20,000 ਰੁਪਇਆ ਜੋੜ ਕੇ ਸੜਕ ਦੇ ਉੱਤੇ ਗੱਟਕਾ ਪਾਉਣ ਲਈ ਅੱਜ ਅਸੀਂ ਅੱਗੇ ਆਏ ਹਾਂ, ਅਤੇ ਮੇਰੇ ਨਾਲ ਮੈਨੂੰ ਆਪਣੇ ਨੌਜਵਾਨ ਸਾਥੀਆਂ ਦਾ ਬਹੁਤ ਜ਼ਿਆਦਾ ਭਰਮਾ ਹੁੰਗਾਰਾ ਮਿਲਿਆ ਤਾਂ ਕਿ ਅਸੀਂ ਜੋ ਸਰਕਾਰ ਜੋ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ ਅਸੀਂ ਉਸ ਨੂੰ ਜਗਾ ਸਕੀਏ। ਸਰ, ਤੁਸੀਂ ਦੱਸ ਸਕਦੇ ਕਿ ਕਿੰਨਾ ਟਾਈਮ ਇਹ ਸੜਕ ਨੂੰ ਟੁੱਟੀ ਹੋ ਗਿਆ, ਇਹਦੇ ਬਾਰੇ ਤੁਸੀਂ ਕੀ ਕਹੋ, ਕਿੰਨਾ ਟਾਈਮ ਹੋ ਗਿਆ? 2 ਸਾਲ ਤਾਂ ਜੀ ਕਾਂਗਰਸ ਦੀ ਸਰਕਾਰ ਨੂੰ ਹੋ ਗਏ, ਉਹ ਤੋਂ ਪਹਿਲਾਂ ਅਕਾਲੀਆਂ ਵੇਲੇ ਦੀ ਟੁੱਟੀ ਹੋ ਆ, ਜੋ ਹਾਲ ਅਕਾਲੀਆਂ ਦੀ ਸਰਕਾਰ ਵੇਲੇ ਸੀਗਾ ਸੜਕ ਦਾ ਉਹੀ ਕਾਂਗਰਸ ਦੇ ਆ, ਫਿਰ ਤਾਂ ਜੀ ਫਰਕ ਕੀ ਰਹਿ ਗਿਆ ਇਹਨਾਂ ਵਿੱਚ? ਪਰ ਸਰ, ਜਿਹੜੇ ਕਾਂਗਰਸੀ ਹੈਗੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਇਹ ਸੜਕ ਪਹਿਲੇ ਤਾਂ ਟੁੱਟੀ ਪਈ ਹੈ, ਪਰ ਜਦੋਂ ਅਸੀਂ ਅਕਾਲੀ ਸਰਕਾਰ ਨਾਲ ਗੱਲ ਕਰਦੇ ਤਾਂ ਉਹਨਾਂ ਦਾ ਕਹਿਣਾ ਕਿ ਕਾਂਗਰਸ ਦੇ ਟਾਈਮ ਜਾ ਟੁੱਟ ਗਈ ਹੈ। ਤੁਹਾਨੂੰ ਕੀ ਲੱਗਦਾ ਇਹ ਸੜਕ ਕਾਹਦੀ ਟੁੱਟੀ ਹੈ ਅਤੇ ਇਹਦੇ ਬਾਰੇ ਸਰਕਾਰ ਵੱਲੋਂ ਸਾਰ ਕਿਉਂ ਨਹੀਂ ਲਈ ਜਾ ਰਹੀ? ਇਹ ਤਾਂ ਜੀ ਅਕਾਲੀਆਂ ਵੇਲੇ ਦੀ ਉਹ ਟੁੱਟੀ ਹੋ ਆ, ਅਤੇ ਉੱਤੋਂ ਜੀ ਲਵ ਕੁਮਾਰ ਗੋਲਡੀ ਜੀ ਜਿਵੇਂ ਕਿ ਤੁਸੀਂ ਦੱਸਿਆ, ਉਹਨਾਂ ਨੇ ਜੀ
13.5 ਕਰੋੜ ਕਿਹਾ ਕਿ ਮਨਜ਼ੂਰ ਹੋ ਗਿਆ ਸੜਕ ਲਈ, ਪਰ ਜਿਸ ਵੇਲੇ PWD ਵਾਲਿਆਂ ਨਾਲ ਗੱਲ ਕੀਤੀ ਗਈ ਉਹ ਕਹਿੰਦੇ ਐਸਟੀਮੇਟ ਹੈਗਾ ਇਹਦਾ 4 ਤੋਂ 5 ਕਰੋੜ ਦਾ। ਉਹ ਜਿਹੜੀ ਸੜਕ ਦਾ ਐਸਟੀਮੇਟ ਹੈ 5 ਕਰੋੜ ਆ, ਉਹਨੇ 13.5 ਕਰੋੜ ਦੀ ਮਨਜ਼ੂਰੀ ਦਾ ਝੂਠਾ ਮੁੰਗੇਰੀ ਲਾਲ ਦਾ ਸਪਨਾ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਕਿਉਂ ਦਿਖਾ ਰਹੇ। ਸਾਡੇ ਨਾਲ ਸ਼ਹਿਰ ਵਾਸੀ ਸਰ, ਐਕਚੁਅਲੀ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਜਿਹੜਾ ਇਹ ਸਾਨੂੰ ਜਿਹੜੀ ਇਹ ਰੋਡ ਹੈਗਾ ਆ, ਦੋ ਡਿਸਟ੍ਰਿਕਟਾਂ ਨੂੰ ਆਪਸ ਦੇ ਵਿੱਚ ਜੋੜਦਾ ਆ, ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਨੂੰ। ਬਟ ਇਹ ਜਿਹੜਾ ਪੁੱਲ ਹੈਗਾ, ਇਹ ਮੇਨ ਪੁੱਲ ਹੈਗਾ ਆ, ਦੇਖੋ ਜਿਸ ਤਰ੍ਹਾਂ ਤੁਸੀਂ ਹੁਣ ਦੇਖ ਰਹੇ ਹੋ, ਪਿੱਛੇ ਰੈਂਪ, ਕਰੈਸ਼ਰ, ਡੰਪ, ਸਾਰਾ ਕੁਛ ਹੀ ਆਪਣਾ ਇਸ ਸਾਈਡ ਹੈਗਾ ਆ, ਅਤੇ ਇੰਨੀ ਹੈਵੀ ਗੱਡੀਆਂ ਨਿਕਲਦੀਆਂ ਹੈਗੀਆਂ, ਪੁੱਲ ਕਦੇ ਵੀ ਟੁੱਟ ਸਕਦਾ ਆ, ਇੰਨੀ ਖਸਤਾ ਹਾਲਤ ਹੈ ਉਹਦੀ ਕਿ ਕਦੇ ਵੀ ਟੁੱਟ ਸਕਦਾ ਅਤੇ ਕਿਸੇ ਦਾ ਵੀ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਅਸੀਂ ਕੁਛ ਦਿਨ ਪਹਿਲਾਂ ਇਸ ਰੋਡ ਤੋਂ ਨਿਕਲ ਰਹੇ ਸੀ ਤਾਂ ਇੱਕ ਲੇਡੀ ਆਪਣੇ ਬੱਚੇ ਨੂੰ ਲੈ ਕੇ ਬੈਠੀ ਹੋਈ ਸੀ ਅਤੇ ਰੋਡ ਟੁੱਟਿਆ ਹੋਣ ਦੇ ਕਾਰਨ ਉਹਦੇ ਹੱਥ ਦੇ ਵਿੱਚੋਂ ਉਹਦਾ ਬੱਚਾ ਸਲਿੱਪ ਹੋ ਕੇ ਗਿਰ ਗਿਆ, ਅਤੇ ਅਸੀਂ ਚਲੋ ਜੋ ਵੀ ਬਣ ਪਾਇਆ ਅਸੀਂ ਉਹਨਾਂ ਦੀ ਹੈਲਪ ਕੀਤੀ, ਅਤੇ ਅੱਜ ਫਿਰ ਅਸੀਂ ਸਾਰੇ ਨੌਜਵਾਨਾਂ ਨੇ ਇਕੱਠੇ ਹੋ ਕੇ ਨਿਰਣੇ ਲਿਆ ਕਿਉਂਕਿ ਸਰਕਾਰ ਜਾਂ ਕੋਈ ਵੀ ਇਸ ਲਈ ਕੁਛ ਨਹੀਂ ਕਰ ਰਿਹਾ, ਕਿਉਂ ਅਸੀਂ ਹੀ ਇਸ ਲਈ ਕੁਛ ਨਾ ਕਿਉਂ ਨਾ ਕਰੀਏ, ਤਾਂ ਕਿ ਅਸੀਂ ਸਾਰਿਆਂ ਨੇ ਕੁਛ ਇਕੱਠੇ ਕਰਕੇ ਪੈਸੇ ਆਪਣੇ ਕੋਲੋਂ ਇਸ ਰੋਡ 'ਤੇ ਅਸੀਂ ਗੱਟਕਾ ਪਾਉਣ ਦਾ ਨਿਰਣੇ ਲਿਆ, ਅਤੇ ਉਹ ਅੱਜ ਅਸੀਂ ਸਾਰੇ ਨੌਜਵਾਨ ਜਿੰਨੇ ਵੀ ਮੇਰੇ ਭਰਾ ਖੜੇ ਆ ਇਸ ਉਪਰਾਲੇ ਦੇ ਵਿੱਚ ਹੈਗੇ ਆ, ਅਤੇ ਉਹ ਅਸੀਂ ਅੱਜ ਕਰ ਰਹੇ ਹਾਂ, ਅਤੇ ਅੱਗੇ ਵੀ ਜੋ ਵੀ ਬਣ ਪਾਊਗਾ ਅਸੀਂ ਆਪਣੇ ਸ਼ਹਿਰ ਦੇ ਨਾਲ ਸ਼ਹਿਰ ਦੇ ਵਿੱਚ ਜ਼ਰੂਰ ਕਰਾਂਗੇ। ਸੋ ਇਹ ਸਰਵਨਾਥ ਗੱਲ ਹੈ ਉਹਨਾਂ ਲਈ ਜੋ ਕਿ ਲੋਕਾਂ ਵੱਲੋਂ ਨੁਮਾਇੰਦੇ ਚੁਣ ਕੇ ਭੇਜੇ ਹੈ, ਅਤੇ ਜਿਨ੍ਹਾਂ ਦੀ ਸਰਕਾਰ ਹੈ ਉਹਨਾਂ ਦੀ ਵੀ ਸ਼ਰਮਨਾਕ ਗੱਲ ਹੈ ਕਿ ਸੜਕ ਦੀ ਸਾਰ ਨਹੀਂ ਲਈ ਜਾ ਰਹੀ ਹੈ, ਅਤੇ ਹੁਣ ਦੇਖਣਾ ਹੋਵੇਗਾ ਕਿਆ ਇਹ ਲੋਕਾਂ ਵੱਲ ਸਹਿਯੋਗ ਨਾਲ ਸੜਕ ਦੀ ਰਿਪੇਅਰ ਸ਼ੁਰੂ ਕੀਤੀ ਗਈ ਹੈ, ਉੱਥੇ ਕੀ ਹੁਣ ਨੁਮਾਇੰਦੇ ਵੱਲੋਂ ਜਾ ਕੇ ਸੜਕ ਦੀ ਸਾਰ ਲਈ ਜਾਵੇਗੀ ਜਾਂ ਇਸੇ ਤਰ੍ਹਾਂ ਹਾਸੇ ਹੁੰਦੇ ਰਹਿਣਗੇ। ਕੈਮਰਾ ਪਰਸਨ ਅਜਮੇਰ ਪਨੌਰ ਦੇ ਨਾਲ ਸੰਜੀਵ ਕੁਮਾਰ, ਪੰਜਾਬੀ ਲੋਕ ਚੈਨਲ, ਗੜ੍ਹਸ਼ੰਕਰ।